ਚਲੋ ਗੱਲ ਕਰਦੇ ਹਾਂ ਬੋਹਾ ਦੇ ਟਰੈਕਟਰ ਟੋਚਨ ਦੀ ਜੋ 23 ਮਾਰਚ 2023 ਚ ਲਗਾਇਆ ਗਿਆ ਸੀ ਪ੍ਰਬੰਧਕਾਂ ਵੀਰਾਂ ਵੱਲੋਂ। ਅਤੇ ਇਹਦੇ 'ਚ ਫਸਟ ਤਾਂ ਗੱਲ ਕਰਾਂਗੇ ਵੀ ਜਿਹੜਾ ਇਹ ਮੁਕਾਬਲਾ ਗਾ, ਮੁਕਾਬਲੇ 'ਚ ਜਿਵੇਂ ਦੋ ਟਰੈਕਟਰ ਲੜ ਰਹੇ ਨੇਗੇ ਆਪਸ ਮੇਂ, ਅਤੇ ਇਹਦੇ 'ਚ ਜਿਹੜਾ ਨੀਲਾ ਟਰੈਕਟਰ ਉਹ ਜੌਂਡੀਅਰ ਨੂੰ ਖਿੱਚ ਕੇ ਲੈ ਕੇ ਜਾ ਰਿਹਾ। 3 ਰਾਊਂਡ ਹੁੰਦੇ ਨੇ ਜਿਸ ਦੇ, 2 ਰਾਊਂਡ ਹਰ ਇੱਕ ਟਰੈਕਟਰ ਨੇ ਜਿੱਤਣੇ ਜ਼ਰੂਰੀ ਹੈ, ਜਿਹਦੇ 'ਚ ਟਰੈਕਟਰ ਨੂੰ ਮੰਨਿਆ ਜੇਤੂ ਮੰਨਿਆ ਜਾਂਦਾ ਜੀ। ਵੀਡੀਓ 30 ਮਿੰਟਾਂ ਦੀ, ਅੱਧੇ ਘੰਟੇ ਦੀ ਜੀ ਵੀਡੀਓ, ਜ਼ਰੂਰ ਦੇਖ ਲਿਓ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਜੇ ਤੁਸੀਂ ਨਵੇਂ ਹੋ ਇਸ ਚੈਨਲ 'ਤੇ ਜੀ। ਗੱਲ ਕਰੀਏ ਵੀ ਉਰੇ 55 ਟਰੈਕਟਰ ਪਹੁੰਚੇ ਸੀਗੇ ਜੀ ਮੁਕਾਬਲੇ 'ਚ, ਅਤੇ 54 ਟਰੈਕਟਰਾਂ ਦੇ ਮੈਚ ਹੋਏ। 55ਵੇਂ ਨੂੰ 22 ਲੱਗ ਗਈ, ਉਹ ਸੈਕਿੰਡ ਰਾਊਂਡ 'ਚ ਪਾਇਆ ਗਿਆ ਜੀ। ਅਤੇ ਫਿਰ ਸੈਕਿੰਡ ਰਾਊਂਡ ਦੇ 28 ਮੈਚ ਹੋਏ, ਫਿਰ 29ਵਾਂ ਫਿਰ 22 'ਚ ਆ ਗਿਆ ਜੀ। ਅਤੇ 3 ਰਾਊਂਡ ਖੇਡੇ ਗਏ, ਫਿਰ ਕੁਆਟਰ ਫਾਈਨਲ ਹੋਇਆ, ਫਿਰ ਸੈਮੀ ਫਾਈਨਲ ਹੋਇਆ, ਫਿਰ ਫਾਈਨਲ ਹੋਇਆ। ਆ ਜਾਓ ਜੀ ਵੇਖਦੇ ਹਾਂ ਅੱਗੇ ਵੀਡੀਓ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ ਜੀ। ਦੋਸਤੋ, ਹਰ ਇੱਕ ਵੀਡੀਓ ਦਾ ਤੁਹਾਨੂੰ ਬੜਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ, ਕਿਉਂਕਿ ਆਪਾਂ ਵੀਡੀਓ ਇੰਨੀ ਜ਼ਿਆਦਾ ਵਧੀਆ ਇੰਟਰਸਟਡ ਬਣਾਉਣਾ, ਭਾਵੇਂ ਕੁਝ ਦਿਨ ਲੱਗ ਜਾਣ, ਵੀਡੀਓ ਤੁਹਾਡੇ ਲਈ ਸਪੈਸ਼ਲ ਲੈ ਕੇ ਆਉਣਾਗੇ। ਗੱਲ ਕਰਦੇ ਹਾਂ ਅੱਜ ਦੀ ਵੀਡੀਓ 'ਚ, ਜਿਹੜੇ ਮੇਰੇ ਨਾਲ ਆਪਣੇ ਨਾਲ ਜੁੜੇ ਹੋਏ ਆ ਇਸ ਚੈਨਲ 'ਤੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ, ਸ਼ੁਕਰੀਆ, ਮਿਹਰਬਾਨੀ। ਜਿਉਂਦੇ ਵੱਸਦੇ ਰਹੋ, ਹਰ ਇੱਕ ਵੀਡੀਓ ਲਾਈਕ ਕਰ ਦਿਓ, ਅਤੇ ਜਿਹੜੇ ਆਪਣੇ ਚੈਨਲ 'ਤੇ ਇਸ 'ਤੇ ਨਵੇਂ ਹੋ, ਵੀਡੀਓ ਦੇਖ ਰਹੇ ਹੋ, ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ, ਲਾਈਕ ਫੋਲੋ ਜ਼ਰੂਰ ਕਰਿਓ ਜੀ। ਚੱਲਦੇ ਚੱਲਦੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ, ਵੀਡੀਓ ਸਾਰੇ ਹੀ ਵੀਡੀਓ ਚੰਗੀ ਆ ਜੀ। ਗੱਲ ਕਰਦੇ ਹਾਂ ਇਸ ਵੀਡੀਓ ਬਾਰੇ, ਵੀਡੀਓ ਜੋ 23 ਮਾਰਚ 2023 ਨੂੰ ਟਰੈਕਟਰ ਟੋਚਨ ਬੋਹਾ ਮਾਨਸਾ ਵਿਖੇ ਲਾਈਵ ਕੀਤਾ ਗਿਆ ਸੀਗਾ, ਉਸ ਦੇ ਵਿੱਚੋਂ ਛੋਟੇ ਛੋਟੇ ਸ਼ਾਰਟ ਲੈ ਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ, ਵੈਸੇ ਲਾਈਵ ਕੀਤਾ ਸੀ, ਇਹ ਵੀ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੀ ਛੋਟੇ ਛੋਟੇ ਸ਼ਾਰਟ ਲੈ ਕੇ ਬਣਾਈ ਗਈ ਹੈ ਜੀ। ਵੀਡੀਓ ਬਹੁਤ ਇੰਟਰਸਟਡ ਆ, ਜਿਹੜੇ ਮੇਰੇ ਭਰਾ ਭੈਣ ਭਰਾ ਬਹੁਤ ਇੰਟਰਸਟਡ ਨੇ ਟਰੈਕਟਰਾਂ ਨੂੰ ਲੈ ਕੇ, ਟੋਚਣ ਨੂੰ ਲੈ ਕੇ, ਸਾਰੀ ਵੀਡੀਓ ਦੇਖੇ ਜੀ। ਆਓ ਆਪਾਂ ਜੁੜਦੇ ਹਾਂ ਵੀਡੀਓ ਨਾਲ ਜੀ। ਲਓ ਵੀ ਬਾਈਆਂ ਨੇ ਆਪਣੀ ਵੀ ਸਟਾਲ ਲਾਈ ਹੋਈ ਹੈ ਮੇਲੇ 'ਤੇ। ਜੀ ਕੰਮ ਦੁਬਾਰਾ ਮੈਚ ਹੋਣਾ ਕਰੋ, ਜਦੋਂ ਉਹ ਕਹਿੰਦਾ ਬੰਤੇ, ਪਹਿਲੇ ਰਾਊਂਡ ਦਾ ਚੌਥਾ ਮੈਚ ਆ ਬੰਤੇ, ਉਹ ਕਹੀ ਜਾਂਦੇ ਆ ਰੋਕ ਲਾ ਛੇ, ਫਿਰ ਉਹ ਖਿੱਚ ਕੇ ਲੈ ਗਿਆ, ਫਿਰ ਤੂੰ ਕਹਿੰਦਾ ਜਿੱਤ ਗਿਆ ਸੀ। ਲਓ ਜੀ ਪਾਸਾ ਬਦਲ ਲਿਆ ਬਾਈਆਂ ਨੇ, 35-22 ਵਰਸੇ ਬੰਤਾ ਬੋਹਾ, ਪਹਿਲੇ ਰਾਊਂਡ ਦਾ ਚੌਥਾ ਮੈਚ ਸਟਾਰਟ ਹੋ ਗਿਆ। ਧਰਨਾੜ ਗਰੁੱਪ ਦਾ ਇਹ 7ਵਾਂ ਮੈਚ ਚੱਲ ਰਿਹਾ, ਮੈਚ ਚੱਲ ਗਿਆ 52-10 ਧਰਨਾੜ ਗਰੁੱਪ ਵਰਸਜ ਯੂਪੀ ਵਾਲੇ ਪ੍ਰੀਤ ਗਰੁੱਪ। ਲੱਤਾਂ ਦਰਦ ਹੋ ਗਿਆ।
ਬਾਈਆਂ ਨੇ ਆਪਣੀ ਵੀ ਸਟਾਲ ਲਾਈ ਹੋਈ ਹੈ ਮੇਲੇ ਤੇ ਚੋਟੀ ਦੇ ਟਰੈਕਟਰ ਆ ਖੜੇ ਨੇ ਸਾਈਡ ਤੇ ਮੈਚ ਹੋਣੇ ਨੇ ਇਹਨਾਂ ਦੇ ਆਹ ਨੌਜਵਾਨ ਟਰੈਕਟਰ ਲੈ ਕੇ ਪਹੁੰਚੇ ਨੇ ਆਪਣੇ ਆਪਣੇ ਮੈਚ ਉੱਧਰ ਦੂਰ ਉਹ ਸਾਰੇ ਹੋ ਰਹੇ ਨੇ ਕਾਫੀ
ਵੀਹਵੇਂ ਮੈਚ ਦਾ ਇਹ ਫਸਟ ਰਾਊਂਡ ਸੀ। ਇਹਦੇ 'ਚ ਜੌਂਬੀਅਰ ਇੱਕ ਰਾਊਂਡ ਜਿੱਤ ਗਿਆ ਜੀ। ਇਹਦੇ ਮੈਚ 'ਚੋਂ ਜੌਂਬੀਅਰ ਜਿੱਤੂਗਾ। ਜੌਂਡੀਅਰ ਦਾ ਇੱਕ ਫਾਉਲ ਹੋ ਗਿਆ ਜੀ। ਫਾਉਲ ਤੋਂ ਬਾਅਦ ਫਿਰ ਦੁਬਾਰੇ ਮੈਚ ਹੋਣ ਲੱਗਾ। Thank you.
ਇੱਕ ਦੂਜੇ ਨੂੰ ਘੜੀਸੇ ਫਿਰਦੇ ਨੇ ਬਾਈ ਪੂਰਾ ਭਰਮਾ ਹੰਗਾਰਾ ਜੀ ਇਸ ਟੂਰਨਾਮੈਂਟ ਨੂੰ।
जी बच्चा नहीं हल रहा इस टूरनामेंट चो, स्टाला हले भी लगिया पे 19 स्टाला जी। दूजे राउंड का तीजा मैच आइए, 11 बज रहे ने रात दे। ਮੇਲਾ ਵਾਲਾ 53 ਦਾ ਤਿੱਥ ਸਵਰਨ ਧਰਨਾਥ ਲਾਗ ਲੱਗੀ ਬਾਤ ਉਹ ਗੱਗੀ ਇਹ ਕਿਹੜਾ ਲੱਗਦਾ ਉਹ ਗੱਗੀ ਇਹ ਕਿਹੜਾ ਲੱਗਦਾ ਮਾਨ ਵਰੇਤਾ ਤੇ ਨਾਲ ਗਗਨ ਹੱਕ ਵਾਲਾ ਤੇ ਪਾਸਾ ਮੁਕਤੀ ਕਲਿਆਣਾ ਜਲ ਵੱਲੋਂ ਉਹ ਜਿਹੜੇ ਸਾਰਿਆਂ ਨੂੰ ਕਹਿੰਦਾ ਜਿਹੜੇ ਸਾਰੇ ਵਜੋ ਕੋਈ ਮੰਨਦੇ ਨਹੀਂ ਅੱਜ ਚਾਰ ਕੋਈ ਹੋਰ ਇਹਨਾਂ ਦੇ ਕੰਮ ਨਾਲ ਆ ਰਹੇ ਹੈ ਕੰਮ ਨਾਲ ਆ ਰਹੇ ਪਹਿਲਾ ਮੈਚ ਖੇਡਿਆ ਜਾ ਰਿਹਾ ਅਤੇ ਇਹ ਤੋਂ ਬਾਅਦ ਵੀਰੇ ਲੰਮਾ ਮੈਚ ਆਉਂਦਾ ਇਸ ਤੋਂ ਬਾਅਦ ਮੇਲਾ ਵਾਲਾ 53 ਦਾ ਹੁਕਮ ਕਿਹਾ ਜੀ ਕਰਨਾ ਸਵਰਨ ਲੜਨਾ ਇਹਦਾ ਮੈਚ ਆ ਇਹ ਵੀ ਤਿਆਰ ਹੋਵੇ ਕਰਨਾ ਸਵਰਨ ਲੜਨਾ ਸੈਂਟਰਲਾ ਵਿੱਚ ਸੈਂਟਰਲਾ ਦਾ ਚੱਕ ਕਰ ਕੋ ਖਾਤਮਾ ਸੈਂਟਰਲਾ ਦੋਵੇਂ ਡਰਾਮਾ ਲੌਸਾ ਨੂੰ ਅਗਲੇ ਮੈਚ ਦੇ ਚੱਕਰ ਕੀ ਮਿਲੇ ਰਹਿ ਅਗਲੇ ਮੈਚ ਕੋਸ਼ਿਸ਼ ਕਰੋ ਬਾਬਾ ਜੀ ਇੱਥੋਂ ਗੋਲ ਦੀ ਪੂਰੀ ਕੋਸ਼ਿਸ਼ ਕਰੋ ਪਰ ਕਹਿੰਦੇ ਇਸ ਵੇਲੇ ਕੁਆਟਰ ਫਾਈਨਲ ਦਾ ਲਾਸਟ ਮੈਚ ਹੈ ਜੀ 3 ਵਜ ਗਏ ਰਾਤ ਦੇ ਬਾਈ ਚਾਨਣ ਛੱਡ ਦੇ ਥੋੜਾ ਜਿਹਾ ਇਹਨਾਂ ਨੂੰ ਪਈਆਂ ਰਹਿਣ ਦੇ ਬਾਈ ਇਹ ਨਾ ਖੋਲ ਇਹ ਮੈਨੂੰ ਫੜਾ ਦੇ ਇੱਥੇ ਰਹੀ ਜਾਂਦਾ
सेमी फाइनल टाइम पा रहे हैं भाई जी। दोनों ट्रैक्टर बनता बहुत ने जी, क्वार्टर फाइनल दे विच लास्ट मैच तक सेमीफाइनल दूजा पहला जो राजा ग्रुप आरडीएक्स हंडिया 5310 पहला सेमीफाइनल होगा भाई जी। दूजा गग्गू खोखर नाल हो लड़ निकलया होना तेरी गड्डी मेरे सामने दीदी ऑटो च आ गया सेमीफाइनल मैच हो गया जी, चौथी पोजिशन की तीजी पोजिशन इस नौजवान ने जो संगतपुरे का हंडाए का आ गया जी। फाइनल हाले बाकी है, फाइनल फाइनल मैच होने लगा बहुत आ जी 41-31 का 41,000-31,000 का फर्क है जी। देखो 41 गेड़ा ले आता 31 गेड़ा ले आता जी, दोनों के विचकार फैसला है भी देखो केड़ा लगे इधर बंत है बोहे का जौंडियर 5510 आर डी एक्स सोना लीका गग्गी खोखर देखो केड़ा ले आता जी फाइनल। आम आदमी पार्टी ਦੋਹਾਂ ਦਾ ਸਿਰ ਕੱਢ ਆਗੂ ਹੈ ਅੰਦਰ ਜੀ। ਹਾਂਜੀ ਇੱਕ ਗੱਲ ਕਹਿਣੀ ਚਾਹੁੰਦੀ ਜੇ ਅਸੀਂ ਤੱਕ ਤੱਕ ਕਰਦੇ ਹੁੰਦੇ ਪਹਿਲਾ ਮੈਚ ਹਰਮਨ ਸੀ ਦਾਸਾ ਤੇ ਬਾਕੀ ਦਾ ਪਿਆ ਸੀ ਅਸੀਂ ਜਿਹੜਾ ਕੁਛ ਵੀ ਆਇਆ ਉਹ ਕਰਿਆ ਬਾਈ ਜੀ ਸਾਈਡ ਤੇ ਹੋ ਜਾਓ ਲੈ ਵਾਲਿਆਂ ਨੂੰ ਫਾਈਨਲ ਲਿਖਾ ਦਿੰਦੇ ਬਾਈ ਬਣ ਕੇ ਸਾਈਡ ਤੇ ਵੀਰ ਬਣ ਕੇ ਫਾਈਨਲ ਲਗਾਉਣਾ ਲੈ ਵਾਲੇ ਵੀਰਾਂ ਨੇ ਪਤਾ ਲੱਗ ਗਿਆ ਅੱਜ ਵੀ ਫਾਈਨਲ ਹੋਇਆ 4:45 ਇੱਕ ਰਾਊਂਡ ਹੋ ਗਿਆ ਜੀ ਫਾਈਨਲ ਦਾ ਇੱਕ ਰਾਊਂਡ ਚ ਬੰਤਾ ਬੋਹਾ ਜੇਤੂ ਆ ਬੇਨਤੀ ਕਰਦੇ ਟਰੈਕਟਰਾਂ ਦਾ ਪਾਸਾ ਬਦਲ ਲਿਆ ਜੀ ਪਾਸਾ ਬਦਲ ਲਿਆ ਵੀਰੇ ਰਾਡੀ ਵੀਰ ਆਲ ਰਾਊਂਡ ਰਹੇ ਰੈਫਰੀ ਵੀ ਕਰਦਾ ਤੇ ਕਮੈਂਟਰੀ ਵੀ ਕਰਦਾ ਪਹਿਲਾ ਖਿਤਾਬ ਅਸੀਂ ਬੋਹਾ ਦੇ ਗਰਾਊਂਡ ਤੋਂ ਦਿੰਨੇ ਲਾਡੀ ਬਾਈ ਫਾਈਨਲ ਦਾ ਦੂਸਰਾ ਰਾਊਂਡ ਆ ਜੀ ਦੇਖੋ ਵੀ ਕਿਹੜਾ ਜਿੱਤਦਾ ਇਹ 'ਚ ਪਤਾ ਲੱਗ ਜਾਣਾ ਵੀ ਫਾਈਨਲ ਕਿਹੜਾ ਲਿਆਂਦਾ 41,000 ਰੁਪਈਆ ਜਿੱਤ ਕੇ ਫਾਈਨਲ ਮੈਚ ਦਾ ਦੂਜਾ ਰਾਊਂਡ ਬੋਹਾ ਦੇ ਗਰਾਊਂਡ 'ਚ ਪਾਤਰਾ ਬਾਈ ਬੰਤਾ ਲਵਾਈ ਫਿਰਦੇ ਪਿੱਛੇ प्राप्त की बंता बोहा दूजे नंबर तया साडा वीर आर डी एक्स ਘਰ ਵਿਚ ਦੋ ਖੜੀਆਂ ਪਰ ਟਰੈਕਟਰ ਜਾਨੋ ਪਿਆਰੇ ਨੇ ਆਟੋਮੋ ਦੇ ਜਾ ਕੇ ਦੇਖ ਲਵੀ ਆਉਣੇ ਕਿਵੇਂ ਨਜ਼ਾਰੇ ਨੇ ਕਹਿੰਦੀ ਮੈਂ ਪੁੱਛੂ ਜਾ ਕੇ ਲਾਡੀ ਤੋਂ ਕੀ ਜੱਟਾਂ ਦੇ ਦਿਮਾਗ ਚ ਭਰਦਾ ਏ ਬਈ ਸਾਰੀ ਰਾਤ ਉਹ ਸੁਪਨੇ ਦੇ ਵਿੱਚ ਟੋਚਣ ਟੋਚਣ ਕਰਦਾ ਏ ਸਾਰੀ ਰਾਤ ਉਹ ਸੁਪਨੇ ਦੇ ਵਿੱਚ ਟੋਚਣ ਟੋਚਣ ਕਰਦਾ ਏ।